ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਅਵਤਾਰ ਪੁਰਬ 'ਤੇ ਖੰਡਪੁਰ ਸਾਹਿਬਾਂ ਜੀ ਦੀਆਂ ਲੜੀਆਂ ਚੱਲੀਆਂ। ਸੋ ਮਹੰਤ ਤਿਲਕ ਦਾਸ ਜੀ ਜਿਨ੍ਹਾਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਦੇ ਨਾਲ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਸ੍ਰੀ ਖੰਡਪੁਰ ਸਾਹਿਬ ਜੀ ਪ੍ਰਾਰੰਭ ਹੋਏ, ਅੱਜ ਭੋਗ ਪਏ ਹੈ, ਨਿਸ਼ਾਨ ਸਾਹਿਬ ਜੀ ਅੱਜ ਚੜ੍ਹੇ ਆ, ਇੱਥੇ ਹੀ ਭਗਵਾਨ ਸ੍ਰੀ ਚੰਦਰ ਮਹਾਰਾਜ ਨੇ ਆਪਣੇ ਹੱਥੀਂ ਬੋਹੜ ਲਾਇਆ। ਬੋਹੜ ਸਾਹਿਬ ਅਜੇ ਮੌਜੂਦ, ਬਿਲਕੁਲ ਠੀਕ ਠਾਕ। ਇੱਥੇ ਜਿਹੜੀ ਵੀ ਸੰਗਤ ਆ ਕੇ ਅਰਦਾਸ ਕਰਦੀ ਹੈ ਨਾਨਕ ਚੱਕ, ਭਗਵਾਨ ਸ੍ਰੀ ਚੰਦਰ ਮਹਾਰਾਜ ਦੇ ਤਪ ਸਥਾਨ 'ਤੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਅਤੇ ਫਿਰ ਉਹ ਸ੍ਰੀ ਖੰਡਪੁਰ ਸਾਹਿਬ ਜੀ ਦੀਆਂ ਸੇਵਾ ਕਰਦੇ ਆ। ਇੱਥੇ ਸਿੱਧ ਮੰਡਲੀ ਵੀ ਆਈ ਜਿਹੜੀ ਹੰਕਾਰ ਦੇ ਵਿੱਚ ਆਈ ਸੀ, ਜਦੋਂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਨੇ ਉਹਨਾਂ ਨੂੰ ਜਵਾਬ ਦਿੱਤੇ, ਨੀਵੀਆਂ ਪਾ ਕੇ ਇੱਥੋਂ ਗਏ ਹੈ। ਭਗਵਾਨ ਸ੍ਰੀ ਚੰਦਰ ਮਹਾਰਾਜ ਇੱਥੇ ਜੋ ਵੀ ਆ ਕੇ ਸਿੱਖ ਅਰਦਾਸ ਕਰਦਾ ਹੈ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ। ਹੁਣ ਕੱਲ੍ਹ ਦੀ ਲੜੀ ਇੱਕ ਪਾਠ ਸਾਹਿਬ ਜੀ ਚੱਲ ਰਹੀ ਹੈ, ਸਵੇਰੇ ਭੋਗ ਪੈਣਗੇ 13 ਸਤੰਬਰ ਨੂੰ ਬਾਹਰ ਪੰਡਾਲ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਹੋਰ ਵੀ ਢਾਡੀ ਜਥੇ ਬਹੁਤ ਸਿਆਣੇ ਇੱਥੇ ਆ ਕੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇੱਥੇ ਲੱਖਾਂ ਦੇ ਤਕਰੀਬਨ ਸੰਗਤ ਆਉਂਦੀ ਹੈ ਅਤੇ ਆ ਕੇ ਸੰਗਤਾਂ ਦੇ ਇੱਥੇ ਦਰਸ਼ਨ ਕਰਦੀ ਹੈ। ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਇੱਥੇ ਸਾਰੀਆਂ ਸੰਗਤਾਂ ਦੀਆਂ ਮਨ ਦੀਆਂ ਭਾਵਨਾ ਪੂਰੀਆਂ ਕਰਦੇ ਹੈ। ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸੰਗਤਾਂ ਇੱਥੇ ਆਉਣ ਅਤੇ ਰੌਣਕਾਂ ਲੱਗੀਆਂ ਰਹਿਣ। ਇੱਥੇ ਜੋ ਬੱਚੇ ਪ੍ਰਦੇਸ਼ਾਂ ਵਿੱਚ ਗਏ ਹੈ ਉਹ ਵੀ ਇਹਨਾਂ ਦੀ ਕਿਰਪਾ ਦੇ ਨਾਲ ਉੱਥੇ ਕਮਾਈਆਂ ਕਰਕੇ ਅਤੇ ਇੱਥੇ ਆ ਕੇ ਦਸਵੰਧ ਵੀ ਦਿੰਦੇ ਹੈ। ਮਹਾਰਾਜ ਦੀ ਕਿਰਪਾ ਹੈ, ਇੱਥੇ ਦਿਨ ਰਾਤ ਰੌਣਕ ਰਹਿੰਦੀ ਹੈ ਅਤੇ ਦਿਨ ਰਾਤ ਲਗਾਤਾਰ ਸਾਲ 12 ਮਹੀਨੇ ਇੱਥੇ ਸ੍ਰੀ ਖੰਡਪੁਰ ਸਾਹਿਬ ਜੀ ਦੀ ਸੇਵਾ ਹੁੰਦੀ ਹੈ, ਕਿਉਂਕਿ ਇਹ ਬਹੁਤ ਹੀ ਪਵਿੱਤਰ ਸਥਾਨ ਆ। 12 ਸਾਲ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਨੇ ਇੱਥੇ ਤਪ ਕੀਤਾ ਹੈ। ਇੱਥੇ ਤਪ ਕਰਕੇ ਅਤੇ ਫਿਰ ਇੱਥੋਂ ਬਾਠ ਸਾਹਿਬ ਵੀ ਗਏ ਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਰਹਿਮਤ ਆ, ਗੁਰੂ ਨਾਨਕ ਦੇਵ ਸੱਚੇ ਮਹਾਰਾਜ ਸਾਹਿਬਜ਼ਾਦੇ ਦੀ, ਕਿਉਂਕਿ ਇੱਥੇ ਜੋ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਮਨ ਦੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ। ਸੋ ਹੁਣ 13 ਸਤੰਬਰ ਨੂੰ ਭੋਗ ਪੈਣਗੇ ਅਤੇ ਉਸ ਤੋਂ ਉਪਰੰਤ ਬਾਹਰ ਪੰਡਾਲ ਦੇ ਵਿੱਚ ਕੱਲ੍ਹ ਨੂੰ ਬਹੁਤ ਹੀ ਰੌਣਕ ਹੋਵੇਗੀ। ਉਹ ਚਕੋਟੀ ਦੇ ਜਥੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਇਤਿਹਾਸ ਸਿਆਣ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਆਪਣੇ ਸਮਾਰੀ ਸਮੁੱਚੀ ਟੀਮ ਜਿਹੜੀ ਆ ਫਤਿਹਗੜ੍ਹ ਚੂੜੀਆਂ ਦੇ ਡੇਰਾ ਬਾਬਾ ਨਾਨਕ ਦੀ, ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਾਬਾ ਸ਼੍ਰੀ ਚੰਦ ਜੀ ਦੇ 530ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਅਤੇ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਹੇ ਬਾਬਾ ਜੀ, ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਿਓ, ਸਾਰਿਆਂ ਨੂੰ ਸੁੱਖ ਸ਼ਾਂਤੀ, ਪਰਿਵਾਰਾਂ ਦੇ ਵਿੱਚ ਭਾਈਚਾਰਾ, ਪਿਆਰ, ਇਤਫਾਕ ਅਤੇ ਕਾਰੋਬਾਰਾਂ ਦੇ ਵਿੱਚ ਵਾਧਾ ਕਰਿਓ ਅਤੇ ਇਸੇ ਤਰ੍ਹਾਂ ਹੀ ਸਾਰਿਆਂ 'ਤੇ ਆਪਣੀ ਜਿਹੜੀ ਕਿਰਪਾ ਉਹ ਬਣਾ ਕੇ ਰੱਖਿਓ ਅਤੇ ਸੰਸਾਰ ਜਿਹੜਾ ਵਾ ਤੁਹਾਡਾ ਨਾਮ ਜਪਦਾ ਹੋਇਆ ਇਸ ਜਿਹੜੇ ਆ ਜੀਵਨ ਨੂੰ ਸਫਲਾ ਕਰ ਸਕੇ। ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਆਪਣੀ ਸਮੁੱਚੀ ਟੀਮ ਵੱਲੋਂ ਸਮੂਹ ਜਗਤ ਨੂੰ ਬਾਬਾ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।